ਜੋ ਸਭ ਔਰ ਤੁਸੀਂ ਇਹ ਗੱਲ ਕੀਤੀ ਸੀ ਵੀ ਸਾਡੀਆਂ ਬਿਮਾਰੀਆਂ ਦਾ ਕਾਰਨ ਇਹ ਹੈ ਵੀ ਜੋ ਹਿਊਮਨ ਬੋਡੀ ਵਾਸਤੇ ਨਹੀਂ ਸੀ ਜੀ ਅਸੀਂ ਉਹ ਵੀ ਚੀਜ਼ਾਂ ਇਸ ਬੋਡੀ ਨੂੰ ਦਿੱਤੀਆਂ ਦਿੱਤੀਆਂ ਔਰ ਜਿਹਦੇ ਦੇ ਰਹੇ ਕਰਕੇ ਨੁਕਸਾਨ ਜੀ ਸਾਨੂੰ ਝੱਲਣੇ ਪਏ ਜੀ ਜੇ ਹੁਣ ਦੁੱਧ ਵੀ ਦੇਖੀਏ ਤੇ ਦੁੱਧ ਵੀ ਗਾਂ ਦਾ ਬੱਚੇ ਵਾਸਤੇ ਆ ਮੱਝ ਦਾ ਕੱਟੇ ਵਾਸਤੇ ਆ ਪਰ ਆਪਾਂ ਯੂਜ਼ ਕੀਤਾ ਬਿਲਕੁਲ ਬਿਲਕੁਲ ਉਹਦੇ ਵਿੱਚ ਭਾਈ ਹਰਪ੍ਰੀਤ ਸਿੰਘ ਐਸਟ੍ਰੋਜਨਿਕ ਕੈਮੀਕਲ ਹੈਗਾ ਵਾ ਜਿਹੜਾ ਉਹ ਕਿੱਥੋਂ ਆਉਂਦਾ ਵਾ ਉਹ ਮੋਡੀਫਾਈਡ ਫੂਡ ਤੋਂ ਆ ਰਿਹਾ ਮੱਕੀ ਤੋਂ ਮੇਜ਼ ਤੋਂ ਆ ਰਿਹਾ ਉਹ ਆਪਾਂ ਦਿੰਨੇ ਆ ਵੰਡ ਚ ਪਾਉਂਦੇ ਆ ਨਾ ਹਾਂਜੀ ਹਾਂਜੀ ਵੰਡ ਤੋਂ ਦਾ ਫਿਰ ਪੋਲਟਰੀ ਤੋਂ ਆ ਰਿਹਾ ਵਾ ਪੋਲਟਰੀ ਉਹ ਮੁਰਗੀਆਂ ਨੂੰ ਪੈਂਦੀ ਆ ਪੋਲਟਰੀ ਤੋਂ ਹਿਊਮਨ ਦੇ ਅੰਦਰ ਜਾ ਰਿਹਾ ਫਿਰ ਬੇਕਰੀ ਤੋਂ ਜਾ ਰਿਹਾ ਵਾ ਬੇਕਰੀ ਚੋਂ ਦੁੱਧ ਤੇ ਹੋਰ ਅਨੇਕਾ ਐਨੀਮਲ ਫੈਟ ਜਿਹੜੀ ਹੈ ਯੂਜ਼ ਹੁੰਦੀ ਆ ਜੀ ਇਹਨਾਂ ਚੈਨਲਸ ਤੋਂ ਸਾਡੇ ਅੰਦਰ ਆ ਰਿਹਾ ਉਹ ਤੁਹਾਡੇ ਕੈਂਸਰ ਐਸਟ੍ਰੋਜਨ ਕੈਮੀਕਲ ਜਦੋਂ ਸਾਡੀ ਬੋਡੀ ਚ ਜ਼ਿਆਦਾ ਹੋ ਜਾਂਦਾ ਉਤੋਂ ਹਾਰਮੋਨਸ ਇੰਬੈਲੈਂਸ ਹੋ ਜਾਂਦੇ ਆ ਜੀ ਬਾਕੀ ਇਹ ਕੈਂਸਰ ਕੇਸਿਸ ਦੇ ਵਿੱਚ ਉਹਦਾ ਬਹੁਤ ਵੱਡਾ ਹੱਥ ਹੈਗਾ ਹੋਰ ਅਦਰ ਡਿਜ਼ੀਜ਼ ਦੇ ਵਿੱਚ ਵੀ ਬਹੁਤ ਜ਼ਿਆਦਾ ਹੱਥ ਆ ਦੁੱਧ ਤੇ ਕਰੀਬਨ 80-90% ਹਿਊਮਨ ਨੂੰ ਡਾਇਜੈਸਟਿਨ ਹੁੰਦਾ ਅਲਰਜੀਕ ਆ ਜੀ ਠੀਕ ਹੈ ਜੀ ਜਿਨ੍ਹਾਂ ਨੂੰ ਹੁੰਦਾ ਉਹਨਾਂ ਦੇ ਵੀ ਸੂਟੇਬਲ ਨਹੀਂ ਇੱਕ ਸਿਰਫ ਹਿਊਮਨ ਐਨੀਮਲ ਆ ਜਿਹੜਾ ਬਹੁਤ ਲੰਬਾ ਦੁੱਧ ਪੀਂਦਾ ਵਾ ਔਰ ਦੁੱਧ ਪੀਂਦਾ ਔਰ ਦੂਸਰੇ ਐਨੀਮਲ ਦਾ ਪੀਂਦਾ ਆਪਣਾ ਨਹੀਂ ਦੂਸਰੇ ਦਾ ਪੀਂਦਾ ਓਕੇ ਬਾਕੀ ਹੋਰ ਕੋਈ ਨਹੀਂ ਪੀਂਦਾ ਹੋਰ ਤੁਸੀਂ ਮੈਨੂੰ ਦੱਸ ਦਿਓ ਕਿਹੜਾ ਐਨੀਮਲ ਜਿਹੜਾ ਵਾ ਲੰਬਾ ਸਮਾਂ ਦੁੱਧ ਪੀਂਦਾ ਫਿਰ ਜੇ ਕਹੀਏ ਇਹ 'ਚ ਤਾਕਤ ਬਹੁਤ ਆ ਵੀ ਇਹ ਤੋਂ ਬਗੈਰ ਗੁਜ਼ਾਰਾ ਨਹੀਂ ਹੋ ਸਕਦਾ ਹੁਣ ਦੱਸੋ ਹਾਥੀ ਕਿੰਨਾ ਕੁ ਦੁੱਧ ਪੀਂਦਾ ਜੀ ਉਹ ਤੇ ਗਰਾਸ ਹੀ ਖਾਂਦਾ ਬਿਲਕੁਲ ਹੈ ਨਾ ਖੋਤਾ ਕਿੰਨਾ ਭਾਰ ਚੁੱਕਦਾ ਹੈ ਤੇ ਉਹ ਕੀ ਖਾਂਦਾ ਜੀ ਉਹ ਵੀ ਗਰਾਸ ਹੀ ਖਾਂਦਾ ਤੁਸੀਂ ਕਿਸੇ ਦਾ ਵੀ ਦੇਖ ਲਓ ਜੇ ਕਮਜ਼ੋਰੀ ਉਹਨਾਂ ਨੂੰ ਹੱਡੀਆਂ ਦੀ ਮਤਲਬ ਜਿਹੜੇ ਦੁੱਧ ਪੀਣ ਵਾਲੇ ਵਿਅਕਤੀ ਨੇ ਕੈਲਸ਼ੀਅਮ ਦੀਆਂ ਉਹ ਵੀ ਗੋਲੀਆਂ ਖਾਂਦੇ ਨੇ ਡੈਫੀਸ਼ੀਐਂਸੀ ਉਹਨਾਂ ਨੂੰ ਵੀ ਕੈਲਸ਼ੀਅਮ ਦੀ ਹੁੰਦੀ ਆ ਦਰਅਸਲ ਜਿੰਨਾ ਦੁੱਧ ਕੈਲਸ਼ੀਅਮ ਉਹ ਅਬਜ਼ੋਰਬ ਨਹੀਂ ਹੁੰਦਾ ਬੋਡੀ ਦੇ ਵਿੱਚ ਔਰ ਮਨੁੱਖ ਦੇ ਵਾਸਤੇ ਸੂਟੇਬਲ ਹੀ ਨਹੀਂ ਹੈਗਾ ਦੁੱਧ ਤੇ ਇੱਕ ਚਾਹ ਦੋ ਚੀਜ਼ਾਂ ਹਿਊਮਨ ਛੱਡ ਦੇਵੇ ਨਾ ਤੇ ਪੇਟ ਦੀ ਬਿਮਾਰੀ ਕੋਈ ਰਹਿੰਦੀ ਨਹੀਂ ਬਿਲਕੁਲ ਨਹੀਂ ਰਹਿੰਦੀ ਦੁੱਧ ਤੇ ਚਾਹ 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 'ਚ ਕੈਫੀਨ ਆ ਚਾਹ ਕੌਫੀ ਕੋਲਡ ਡਰਿੰਕ ਜਿਹਨੂੰ ਐਨਰਜੀ ਡਰਿੰਕ ਕਹਿੰਦੇ ਨੇ ਉਹ 'ਚ ਕੈਫੀਨ ਹੋਰ ਜ਼ਿਆਦਾ ਵਾ ਲੋਕ ਕਹਿੰਦੇ ਨੇ ਮੈਂ ਐਨਰਜੀ ਉਹਦੀ ਥਕਾਵਟ ਇਵੇਂ ਉਹ ਕੈਫੀਨ ਜਿਹੜੀ ਆ ਉਹਨੂੰ ਇਵੇਂ ਮਹਿਸੂਸ ਹੁੰਦਾ ਉਹਦੇ ਨਾਲ ਹਾਰਟ ਬੀਟ ਵੱਧਦੀ ਹੈ ਦਿਲ ਦੀ ਅਨੇਕਾਂ ਆਉਂਦੇ ਨੇ ਮੇਰੇ ਕੋਲ ਕਲਾਇੰਟਸ ਜਿਨ੍ਹਾਂ ਦੀ ਹਾਰਟ ਬੀਟ ਵਧਣ ਦਾ ਕਾਰਨ ਦਿਲ ਦੀ ਧੜਕਣ ਵਧਣ ਦਾ ਕਾਰਨ ਜਿਹੜਾ ਵਾ ਐਨਰਜੀ ਡਰਿੰਕ ਹੁੰਦਾ ਕੋਲਡ ਡਰਿੰਕ ਹੁੰਦਾ ਕੈਫੀਨ ਹੁੰਦੀ ਉਹ ਤੇ ਫਿਰ ਟਰੱਕ ਵਾਲਾ ਜਿਹੜਾ ਉਹ ਵੀ ਡਰਾਈਵਰ ਹੈ ਜਾਂ ਕੋਈ ਉਹ ਵੀ ਜਾਂ ਜਿਹਨੇ ਕੋਈ ਲੰਮਾ ਲੰਮਾ ਕੋਈ ਪ੍ਰੋਗਰਾਮ ਕਰਨੇ ਉਹ ਵੀ ਇਹ ਸਾਰੇ ਐਨਰਜੀ ਡਰਿੰਕ ਲੈਣ ਲੱਗ ਪੈਂਦੇ ਨੇ ਬਿਲਕੁਲ ਜੀ ਫਿਰ ਮੋਰਨਿੰਗ ਟਾਈਮ ਨਾ ਭਾਈ ਹਰਪ੍ਰੀਤ ਸਿੰਘ ਜੀ ਸਾਡੀ ਬੋਡੀ 'ਚ ਇੱਕ ਹਾਰਮੋਨ ਰਿਲੀਜ਼ ਹੁੰਦਾ ਵਾ ਜਿਹਨੇ ਫੂਡ ਨੂੰ ਡਾਇਰੈਕਸ਼ਨ ਦੇਣੀ ਹੁੰਦੀ ਆ ਉਹਨੇ ਜਿਵੇਂ ਸਾਡੇ ਬਲੱਡ 'ਚ ਗਲੂਕੋਜ਼ ਜਾ ਰਿਹਾ ਉਹਨੇ ਕਹਿਣਾ ਨੋ ਨੋ ਉਹਨੇ ਆਪਣੀ ਲੈਂਗੁਏਜ ਦੇ ਵਿੱਚ ਵੀ ਬਲੱਡ 'ਚ ਪਹਿਲਾਂ ਹੀ ਗਲੂਕੋਜ਼ ਬਹੁਤ ਹੈਗਾ ਤੂੰ ਬਲੱਡ 'ਚ ਨਹੀਂ ਜਾਣਾ ਉਹਨੇ ਫੂਡ ਨੂੰ ਅਤੇ ਅਸੀਂ ਫੂਡ ਡੱਬੇ ਬੰਦ ਭੇਜਦੇ ਹਾਂ ਮਤਲਬ ਕਿ ਜਿਹੜਾ ਡਰਾਈਵਰਸ ਵਾਲਾ ਫੂਡ ਹੀ ਨਹੀਂ ਭੇਜਦੇ ਡਰਾਈਵਰਸ ਵਾਲਾ ਫੂਡ ਕਿਹੜਾ ਵਾ ਜਿਹੜਾ ਡੱਬੇ ਬੰਦ ਨਹੀਂ ਹੈਗਾ ਜਿਹੜੇ ਵੈਜੀਟੇਬਲਸ ਨੇ ਫਰੂਟਸ ਨੇ ਸੀਜ਼ਨਲ ਉਹ ਨੇ ਵੀ ਡੱਬਾ ਬੰਦ ਚੀਜ਼ਾਂ ਤੋਂ ਵਿਖਾੜਾ ਛੱਡੀਏ ਬਿਲਕੁਲ ਜੀ ਬ੍ਰੈਡ ਬਿਸਕੁਟ ਇਹ ਭਾਵੇਂ ਬਰਾਊਨ ਹੋਵੇ ਭਾਵੇਂ ਵਾਈਟ ਹੋਵੇ ਬ੍ਰੈਡ ਉਹ ਨੁਕਸਾਨਦਾਇਕ ਆ ਬਹੁਤ ਨੁਕਸਾਨਦਾਇਕ ਆ ਬਾਕੀ ਇਹ ਮਿਲਟਸ ਨੇ ਇਹ ਗ੍ਰੇਨ ਨੇ ਇਹ ਮਤਲਬ ਡਰਾਈਵਰ ਦੇ ਨਾਲ ਉਹਨੇ ਫਿਰ ਅੰਦਰ ਜਿਹੜਾ ਹਾਰਮੋਨ ਉਹਨੇ ਉਹਨੂੰ ਇੰਡੀਕੇਸ਼ਨ ਕਰਨੀ ਵੀ ਇੱਧਰ ਜਾਓ ਉਹਨੇ ਉਸ ਡਾਇਰੈਕਸ਼ਨ ਦੇ ਵਿੱਚ ਹੀ ਜਾਣਾ ਉਹ ਤੁਹਾਨੂੰ ਫਿਰ ਬੋਡੀ ਨੂੰ ਰਿਪੇਅਰ ਕਰਦਾ ਵਾ ਜੀ ਜਦੋਂ ਤੁਸੀਂ ਰਾਤ ਨੂੰ ਸੌਂਦੇ ਜੇ ਫੂਡ ਲਾਸਟ ਫੂਡ ਲੈ ਕੇ 8 ਵਜੇ ਤੱਕ ਤੋਂ ਬਾਅਦ ਫੂਡ ਨਹੀਂ ਲੈਣਾ ਚਾਹੀਦਾ ਰਾਤ ਦੇ 8 ਵਜੇ ਤੋਂ ਭੋਜਨ ਨਹੀਂ ਲੈਣਾ ਚਾਹੀਦਾ ਤੇ ਸਵੇਰ ਦੇ 8 ਵਜੇ ਤੱਕ ਤੇ ਬਿਲਕੁਲ ਨਹੀਂ ਖਾਣਾ 9 ਵਜਣ ਕੋਈ ਗੱਲ ਨਹੀਂ 8 ਵਜੇ ਤੱਕ 12 ਘੰਟੇ ਸਰੀਰ ਨੂੰ ਬਿਲਕੁਲ ਉਹ ਫਿਰ ਬੋਡੀ ਆਪਣੇ ਆਪ ਨੂੰ ਰਿਪੇਅਰ ਕਰਦੀ ਅਸੀਂ ਕਹਿੰਦੇ ਨਹੀਂ ਤੂੰ ਆਪਣਾ ਰਿਪੇਅਰ ਦਾ ਕੰਮ ਛੱਡ ਤੂੰ ਸਾਡਾ ਫੂਡ ਜਿਹੜਾ ਉਹ ਹਜ਼ਮ ਕਰ ਅਸੀਂ ਭੇਜ ਰਹੇ ਅੰਦਰ ਉਹ ਕਿਵੇਂ ਕਰੇ ਇੱਕੋ ਹੀ ਕੰਮ ਕਰੇਗੀ ਨਾ ਉਹਨੇ ਫਿਰ ਉਧਰੋਂ ਛੱਡ ਕੇ ਤੁਹਾਡਾ ਫੂਡ ਹਜ਼ਮ ਤੇ 4-5 ਘੰਟੇ ਫਿਰ ਉਹ ਕਰਦੀ ਹੈ